ਖੇਤ ਦੀ ਪ੍ਰੋਬਲਮ ਹੈ, ਕਿਤੇ ਗਲੀ ਦੀ ਪ੍ਰੋਬਲਮ, ਸੜਕ ਦੀ ਪ੍ਰੋਬਲਮ, ਰੋਸ਼ਨੀ ਦੀ ਪ੍ਰੋਬਲਮ, ਕਿਤੇ ਪਾਰਕ ਦੀ ਪ੍ਰੋਬਲਮ, ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ। ਬੀਬੀ ਜੀ ਕਿਤੇ ਵੀ ਜਾ ਕੇ ਆਪਣੀ ਹਾਜ਼ਰੀ ਦਰਜ ਨਹੀਂ ਕਰਾ ਸਕੇ, ਕਿਸੇ ਦੀ ਕੋਈ ਮੁਸ਼ਕਲ ਹੱਲ ਨਹੀਂ ਕਰ ਸਕੇ। ਕੋਲਾ ਦੀ ਫੈਕਟਰੀ ਜਾਂ ਡਿਪੂ ਸੀ ਜਿਹੜਾ ਤਕਰੀਬਨ 125 ਮਰਲੇ 'ਚ ਸੀ, ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਡਿਪੂ ਬਣਾਇਆ ਸੀ। ਉਹਨਾਂ ਦੇ ਬੇਟੇ ਨੇ ਆਪਣੀ ਮਦਰ ਜਿਹੜੇ ਉਸ ਵੇਲੇ ਸੀਨੀਅਰ ਡਿਪਟੀ ਮੇਅਰ ਸੀ, ਉਹਨਾਂ ਦੀ ਪੁਜੀਸ਼ਨ ਦਾ ਫਾਇਦਾ ਉਸ ਜਗ੍ਹਾ ਨੂੰ ਖਰੀਦ ਕੇ, ਕਮਰਸ਼ੀਅਲ ਜਗ੍ਹਾ ਨੂੰ, ਬਿਨਾਂ ਕਿਸੇ ਲਾਇਸੈਂਸ, ਬਿਨਾਂ CLE, ਉਹਨੂੰ 125 ਮਰਲੇ ਜਗ੍ਹਾ ਨੂੰ ਕਮਰਸ਼ੀਅਲ ਨੂੰ ਰੈਜੀਡੈਂਸ਼ਲ ਵਿੱਚ ਵੇਚਣਾ ਸ਼ੁਰੂ ਕਰਤਾ। ਆਪਣੇ ਬੱਚਿਆਂ ਲਈ ਇੱਦਾਂ ਦੇ ਇਲੀਗਲ ਕੰਮ ਕਰਨਗੇ ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ, ਅੱਗੇ ਤੋਂ ਕਾਰਪੋਰੇਸ਼ਨ 'ਚ ਸੀ ਪਾਵਰ 'ਚ, ਅਤੇ ਫਿਰ ਤਾਂ ਇਸ ਤੋਂ ਵੱਡੇ ਵੱਡੇ ਹੇਰਾਫੇਰੀ ਦੇ ਰਿਕਾਰਡ ਟੁੱਟ ਸਕਦੇ ਆ। ਦਿੰਦੇ ਹਾਂ, ਤੁਸੀਂ ਸਾਰੇ ਹੀ ਇੱਥੇ ਪਹੁੰਚ ਜਾਂਦੇ ਹੋ, ਮੇਰੇ ਨਾਲ ਸਾਡੇ XMLA ਪਵਨ ਕੁਮਾਰ ਟੀਨੂ ਜੀ, ਸਾਡੇ ਆਪ ਤੋਂ ਆਗੂ ਗੁਰਚਰਨ ਸਿੰਘ ਚੰਨੀ ਜੀ ਮੇਰੇ ਨਾਲ ਨੇ ਮੌਜੂਦ। ਅੱਜ ਦੀ ਜਿਹੜੀ ਪ੍ਰੈਸ ਵਾਰਤਾ ਦਾ ਮੁੱਖ ਕਾਰਨ ਕਿ ਜਿਹੜੇ ਸਾਡੇ ਬੀਬੀ ਸੁਰਿੰਦਰ ਕੌਰ ਜੀ, ਜਿਨ੍ਹਾਂ ਨੂੰ ਕਾਂਗਰਸ ਨੇ ਉਮੀਦਵਾਰ ਐਲਾਨਿਆ, ਜਿਹੜੇ ਜਾਗਿਆ, ਜਿਹੜੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਮੈਂ ਬਹੁਤ ਇਮਾਨਦਾਰ ਹਾਂ, ਅਤੇ ਜਿਹੜੇ ਕਹਿ ਰਹੇ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਘਰ ਹੋ ਰਹੇ ਨੇ ਜਲੰਧਰ ਬੈਸਟ ਦੇ ਵਿੱਚ, ਜਿਹੜਾ ਵਿਕਾਸ ਕੀਤਾ ਉਹਨਾਂ ਨੇ ਆਪਣੇ ਮਾਂ ਟੀਨੂ ਜੀ ਨੂੰ ਕਹੂੰਗੀ ਕਿ ਉਹ ਤੁਹਾਡੇ ਨਾਲ ਜਿਹੜੀ ਡਿਟੇਲ ਦੇ ਵਿੱਚ ਉਹਨਾਂ ਨੇ ਜਿਹੜਾ ਵਿਕਾਸ ਕੀਤਾ, ਜਿਹੜੇ ਉਹ ਆਪਣੇ ਆਪ ਨੂੰ ਬਹੁਤ ਸਹੀ ਸਾਬਤ ਕਰਦੇ ਆ, ਅਤੇ ਉਹ ਡਿਟੇਲ ਦੇ ਨਾਲ ਜਿਹੜੇ ਸਾਡੇ ਪਵਨ ਕੁਮਾਰ ਟੀਨੂ ਜੀ ਤੁਹਾਨੂੰ ਦੱਸਣਗੇ। ਪਵਨ ਕੁਮਾਰ ਟੀਨੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਦਾ। ਵੈਸੇ ਸਭ ਜਾਣਦੇ ਕਿ ਕਾਂਗਰਸ ਇਸ ਦੇਸ਼ ਵਿੱਚ ਕਰਪਸ਼ਨ ਦਾ ਕਲਚਰ ਲੈ ਕੇ ਆਉਣ ਵਾਲੀ ਹੈ, ਇਸ ਦੇਸ਼ ਨੂੰ ਭ੍ਰਿਸ਼ਟਾਚਾਰ ਵਿੱਚ ਧੱਕੇ ਖਾਤੇ 'ਚ ਪੈਂਦੇ ਆ, ਕਾਂਗਰਸ ਦੇ ਖਾਤੇ 'ਚ ਪੈਂਦੇ ਆ। ਕੁਝ ਲੋਕ ਇਹ ਸਮਝਦੇ ਆ ਵੀ ਅਸੀਂ MC ਬਣ ਜਾਈਏ, MLA ਬਣ ਜਾਈਏ, ਲੋਕਾਂ ਪ੍ਰਤੀ ਜ਼ਿੰਮੇਵਾਰੀਆਂ ਨਾ ਨਿਭਾਈਏ ਅਤੇ ਸਿਰਫ ਆਪਣੇ ਪਰਿਵਾਰ ਲਈ ਕੰਮ ਕਰੀਏ। ਸੁਰਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ, ਜਿਹੜੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ, ਜਿਹੜੇ ਹੁਣ ਉਮੀਦਵਾਰ ਨੇ ਕਾਂਗਰਸ ਦੇ, ਇਹ ਸਵਾਲ ਤਾਂ ਲੋਕ ਉਹਨਾਂ ਨੂੰ ਕਰਦੇ ਹੀ ਆ ਕਿ ਤੁਸੀਂ 5 ਸਾਲ ਗੈਰ ਹਾਜ਼ਰ ਰਹੇ, ਕਿਤੇ ਤੁਸੀਂ ਜਾ ਕੇ ਕਿਸੇ ਦੀ ਪ੍ਰੋਬਲਮ ਹੈ, ਕਿਤੇ ਗਲੀ ਦੀ ਪ੍ਰੋਬਲਮ, ਸੜਕ ਦੀ ਪ੍ਰੋਬਲਮ, ਰੋਸ਼ਨੀ ਦੀ ਪ੍ਰੋਬਲਮ, ਕਿਤੇ ਪਾਰਕ ਦੀ ਪ੍ਰੋਬਲਮ, ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ। ਬੀਬੀ ਜੀ ਕਿਤੇ ਵੀ ਜਾ ਕੇ ਆਪਣੀ ਹਾਜ਼ਰੀ ਦਰਜ ਨਹੀਂ ਕਰਾ ਸਕੇ, ਕਿਸੇ ਦੀ ਕੋਈ ਮੁਸ਼ਕਲ ਹੱਲ ਨਹੀਂ ਕਰ ਸਕੇ। 5 ਸਾਲ ਪਾਵਰ 'ਚ ਰਹਿੰਦਿਆਂ ਵਿਕਾਸ ਨਹੀਂ ਕਰਾ ਸਕੇ, ਬਲਕਿ ਉਹਨਾਂ ਦੇ ਆਪਣੇ ਮੁਹੱਲੇ 'ਚ ਜੱਲੋਵਾਲ ਆਬਾਦੀ, ਪਾਣੀ ਦੇ ਟਿਊਬਵੈੱਲ ਨਹੀਂ ਲੱਗੇ, ਉੱਥੇ ਪਾਣੀ ਗੰਦਾ ਆਉਂਦਾ ਰਿਹਾ ਉਹਨਾਂ ਦੇ ਟਾਈਮ 'ਤੇ ਵੀ, ਅਤੇ ਪਾਣੀ ਦੇ ਟਿਊਬਵੈੱਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਲੱਗੇ ਆ। ਉੱਥੇ ਦੇ ਲੋਕ ਵੀ ਕਹਿੰਦੇ ਆ ਕਿ ਕਰੋਨਾ ਤਾਂ 2020 'ਚ ਆਇਆ ਸੀ, 21 'ਚ ਤਕਰੀਬਨ ਖਤਮ ਹੋ ਗਿਆ ਸੀ, ਲੇਕਿਨ ਬੀਬੀ ਜੀ ਅੱਜ ਤੱਕ 2024 ਤੱਕ ਕਰੋਨਾ ਵਾਲੇ ਸਟੇਟਸ 'ਚ ਹੀ ਰਹੇ ਕਿ ਉਹਨਾਂ ਨੇ ਆਮ ਲੋਕਾਂ
ਨੂੰ ਆਪਣੇ ਘਰ ਵਿੱਚ ਨਹੀਂ ਵੜਨ ਦਿੰਦਾ। ਚਲੋ, ਮੈਂ ਅੱਜ ਜਿਹੜੀ ਗੱਲ ਤੁਹਾਡੇ ਸਾਹਮਣੇ ਅਸੀਂ ਰੱਖਣੀ ਆ, ਬਲਕਿ ਆਪਣੇ ਪਰਿਵਾਰ ਦੀ ਸੇਵਾ ਖੂਬ ਕੀਤੀ ਹੈ। ਦਿਓਲ ਨਗਰ 'ਚ ਇੱਕ ਕੋਕਾ ਕੋਲਾ ਦੀ ਫੈਕਟਰੀ ਜਾਂ ਡਿਪੂ ਸੀ, ਜਿਹੜਾ ਤਕਰੀਬਨ 125 ਮਰਲੇ 'ਚ ਸੀ। ਕੋਕਾ ਕੋਲਾ ਨੇ ਉਹਨੂੰ ਕਮਰਸ਼ੀਅਲ ਕਰਾ ਕੇ ਉੱਥੇ ਡਿਪੂ ਬਣਾਇਆ ਸੀ। ਉਹਨਾਂ ਦੇ ਬੇਟੇ ਨੇ ਆਪਣੀ ਮਦਰ, ਜਿਹੜੇ ਉਸ ਵੇਲੇ ਸੀਨੀਅਰ ਡਿਪਟੀ ਮੇਅਰ ਸੀ, ਉਹਨਾਂ ਦੀ ਪੁਜੀਸ਼ਨ ਦਾ ਫਾਇਦਾ ਉਸ ਜਗ੍ਹਾ ਨੂੰ ਖਰੀਦ ਕੇ, ਕਮਰਸ਼ੀਅਲ ਜਗ੍ਹਾ ਨੂੰ, ਬਿਨਾਂ ਕਿਸੇ ਲਾਇਸੈਂਸ, ਬਿਨਾਂ CLE, ਉਹਨੂੰ 125 ਮਰਲੇ ਜਗ੍ਹਾ ਨੂੰ ਕਮਰਸ਼ੀਅਲ ਨੂੰ ਰੈਜੀਡੈਂਸ਼ੀਅਲ ਵਿੱਚ ਵੇਚਣਾ ਸ਼ੁਰੂ ਕਰਤਾ। ਆ ਏਰੀਆ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ, ਜਿਹਨੂੰ ਸ਼ਾਇਦ ਤੁਸੀਂ ਵੀ ਵੇਖ। ਇੱਥੇ ਪਹਿਲਾਂ ਸ਼ੈੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓਲ ਨਗਰ 'ਚ, ਹੁਣ ਸਾਫ਼ ਹੋ ਗਈ। ਹੁਣ ਇਹਦੇ 4-4, 5-5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ। ਉਹਦਾ ਸਬੂਤ ਹੈ ਕਿ ਆਹ ਇੱਕ ਰਜਿਸਟਰੀ ਆ ਤਕਰੀਬਨ 3 ਮਰਲੇ ਦੀ, 3 ਮਰਲੇ ਵੱਡੇ, ਜਿਹਦੇ ਵਿੱਚ ਉਹਨਾਂ ਦੇ ਬੇਟੇ ਦੀ ਫੋਟੋ ਹੈ ਔਰ ਉਹਨਾਂ ਦੇ ਬੇਟੇ ਕਰਨ ਦਾ ਹੀ ਨਾਮ ਹੈ। ਉਹਨਾਂ ਨੇ ਅੱਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ, ਜੋ ਕਿ ਇਲੀਗਲ ਹੈ, ਗੈਰ ਕਾਨੂੰਨੀ ਹੈ, ਬਿਨਾਂ ਕਿਸੇ ਪ੍ਰਵਾਨਗੀ ਦੇ ਹੈ। ਇਹ ਸਿੱਧਾ ਸਾਦਾ ਸਾਫ਼ ਰਾਜਨੀਤਿਕ ਪਾਵਰ ਨੂੰ, ਜੇ ਉਹ ਆਪਣੇ ਪਰਿਵਾਰਾਂ ਲਈ, ਆਪਣੇ ਬੱਚਿਆਂ ਲਈ ਇੱਦਾਂ ਦੇ ਇਲੀਗਲ ਕੰਮ ਕਰਨਗੇ ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ। ਅੱਗੇ ਤੋਂ ਕਾਰਪੋਰੇਸ਼ਨ 'ਚ ਸੀ ਪਾਵਰ 'ਚ, ਲੋਕਾਂ ਦਾ ਕੋਈ ਕੰਮ ਕਰਨ ਤੋਂ ਤਾਂ ਨਹੀਂ ਕੀਤਾ, ਲੇਕਿਨ ਆਪਣੇ ਪਰਿਵਾਰ ਦੀ ਸੇਵਾ ਕਰਨੀ ਸ਼ੁਰੂ ਕਰਤੀ। ਜੇ ਉਹ MLA ਬਣਦੇ ਆ ਤਾਂ ਫਿਰ ਤਾਂ ਇਸ ਤੋਂ ਵੱਡੇ ਵੱਡੇ ਹੇਰਾਫੇਰੀ ਦੇ ਰਿਕਾਰਡ ਟੁੱਟ ਸਕਦੇ ਆ, ਇਨਲੀਗਲ ਕਲੋਨੀਆਂ ਹੋਰ ਵੀ ਕੱਟੀਆਂ ਜਾ ਸਕਦੀਆਂ। ਫਿਰ ਦੇਖੋ, ਆਪਣੇ ਬੇਟੇ ਦੇ ਨਾਂ 'ਤੇ ਰਜਿਸਟਰੀ ਕਰਵਾ ਕੇ ਪਲਾਟ ਵੀ ਛੋਟੇ ਛੋਟੇ ਕੱਟ ਦਿੱਤੇ ਔਰ ਬਿਨਾਂ ਪਰਮਿਸ਼ਨ ਉਹਨੂੰ ਸੀਵਰੇਜ ਨਾਲ ਵੀ ਜੋੜ ਦਿੱਤਾ ਕਾਰਪੋਰੇਸ਼ਨ, ਕਿਉਂਕਿ ਕਾਰਪੋਰੇਸ਼ਨ 'ਚ ਮਾਤਾ ਜੀ ਛੋਟੇ ਪਲਾਟ ਕੱਟਣ ਦੀ ਕੋਈ ਕੰਪੀਟੈਂਟ ਅਥਾਰਟੀ ਕੋਲੋਂ ਜਾਂ ਕੰਸਰਨ ਅਥਾਰਟੀ ਕੋਲੋਂ ਕੋਈ ਪਰਮਿਸ਼ਨ ਵੀ ਨਹੀਂ ਲਈ। ਸੋ ਇਹ ਗੱਲ ਤਾਂ ਇਸ ਕਰਕੇ ਅਸੀਂ ਤੁਹਾਡੇ ਜ਼ਰੀਏ ਜਲੰਧਰ ਔਰ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਕਿ ਲੋੜ ਆ ਰਾਜਨੀਤੀ ਵਿੱਚ ਸਾਫ਼ ਸੁਥਰੇ ਲੋਕ ਆਉਣ। ਰਾਜਨੀਤੀ ਦੇ ਅੰਦਰ ਪੈਸਾ ਕਮਾਉਣਾ, ਇਲੀਗਲ ਕੰਮ ਕਰਨਾ, ਇਹ ਕਿੰਨੀ ਕੁ ਦੇਰ ਚੱਲਦਾ ਰਹੇਗਾ? ਔਰ ਕਾਂਗਰਸ ਜਿਹੜੀ ਕਾਰਪੋਰੇਸ਼ਨ 'ਚ ਹੋਵੇ ਜਾਂ ਸਟੇਟ 'ਚ ਹੋਵੇ, ਉਹ ਸਮਝਦੀ ਆ ਵੀ ਕਰਪਸ਼ਨ ਕਰਨਾ, ਕਮਿਸ਼ਨਬਾਜ਼ੀ ਕਰਨਾ ਤਾਂ ਸ਼ਾਇਦ ਉਹਨਾਂ ਦਾ ਹੱਕ ਹੀ ਹੁੰਦਾ ਹੈ, ਪਰ ਅਸੀਂ ਇਹ ਕੰਮ ਨਹੀਂ ਹੋਣ ਦਿਆਂਗੇ। ਇਹਦੇ ਵਿੱਚ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ। ਮੈਂ ਡਿਮਾਂਡ ਕਰਦਾ ਕਿ ਇਹਦੀ ਵਿਜੀਲੈਂਸ ਜਾਂਚ ਹੋਵੇ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਜਾਅਲੀ ਡਾਕੂਮੈਂਟ NOC ਲਈ ਹੈ। ਹੋਰ ਦੱਸਾਂ ਤੁਹਾਨੂੰ, ਉਹਨਾਂ ਨੇ ਆਹ ਜਿਹੜੀ ਇੱਕ ਰਜਿਸਟਰੀ ਕਰਵਾਈ ਹੈ ਇਹਦੀ ਇੱਕ NOC ਲਈ ਹੈ ਔਰ ਜਾਅਲੀ ਡਾਕੂਮੈਂਟ ਲਾਏ ਗਏ ਉੱਥੇ। ਤਾਂ ਇਸ ਗੱਲ ਦੀ
ਮੈਂ ਵਿਜੀਲੈਂਸ ਕੋਲੋਂ ਡਿਮਾਂਡ ਕਰਦਾ ਕਿ ਇਹਦੀ ਜਾਂਚ ਹੋਵੇ ਔਰ ਪਤਾ ਲੱਗੇ ਪਬਲਿਕ ਨੂੰ, ਵੈਸਟ ਦੇ ਵੋਟਰਸ ਨੂੰ ਪਤਾ ਲੱਗੇ ਕਿ ਬੀਬੀ ਜੀ ਦੀ ਡਿਊਟੀ ਤਾਂ ਬਣਦੀ ਸੀ ਇਲਾਕੇ ਦੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਦੇਣਾ, ਸੀਵਰੇਜ ਪ੍ਰਬੰਧ ਕਰਕੇ ਦੇਣਾ, ਪਰ ਉਹ ਲੱਗੇ ਰਹੇ ਉਹਨਾਂ ਦਾ ਧਿਆਨ ਆਪਣੇ ਪਰਿਵਾਰ ਆਪਣੇ ਬੇਟਿਆਂ ਨੂੰ ਫਾਈਨੈਂਸ਼ਲੀ ਇਲੀਗਲ ਕੰਮ ਕਰਕੇ ਸਟਰੋਂਗ ਕਰਨ ਵੱਲ ਉਹਨਾਂ ਦਾ ਧਿਆਨ ਲੱਗਿਆ ਰਿਹਾ। ਸੋ ਇਹ ਗੱਲ ਅਸੀਂ ਤੁਹਾਡੇ ਸਾਹਮਣੇ ਲਿਆਂਦੀ ਹੈ। ਤੋ ਅਸੀਂ ਚਾਹੁੰਦੇ ਹਾਂ ਕਿ ਜਲੰਧਰ ਵੈਸਟ ਦੇ ਲੋਕਾਂ ਨੂੰ ਪਤਾ ਲੱਗੇ ਕਿ ਉਮੀਦਵਾਰ ਜਿਹੜੇ ਖੜ੍ਹੇ ਆ ਉਹਨਾਂ ਦਾ ਕੀ ਕਿਰਦਾਰ ਆ, ਉਹਨਾਂ ਨੂੰ ਵੋਟ ਪਾਉਣ ਵਿੱਚ ਆਸਾਨੀ ਰਹੇ, ਚੰਗਾ ਸਾਫ਼ ਸੁਥਰਾ ਉਮੀਦਵਾਰ ਚੁਣਨ ਵਿੱਚ ਆਸਾਨੀ ਰਹੇ, ਉਹ ਜ਼ਿੰਮੇਵਾਰੀ ਅਸੀਂ ਅੱਜ ਨਿਭਾਈ। ਦੇਖੋ ਅਸੀਂ ਤੁਹਾਡੇ ਜ਼ਰੀਏ, ਕਿਉਂਕਿ ਤੁਸੀਂ ਵੀ ਬੜਾ ਇੰਪੋਰਟੈਂਟ ਪਿੱਲਰ ਹੋ ਡੈਮੋਕ੍ਰੇਸੀ ਦਾ, ਤੁਹਾਡਾ ਵੀ ਯੋਗਦਾਨ ਚਾਹੀਦਾ ਕਰਪਸ਼ਨ ਖਤਮ ਹੋਵੇ, ਇਹੋ ਜਿਹਾ ਇਲੀਗਲ ਕੰਮ ਨਾ ਹੋਣ, ਅਤੇ ਤੁਸੀਂ ਵੀ ਸਹਿਯੋਗ ਕਰੋ, ਅਸੀਂ ਵੀ ਸਹਿਯੋਗ ਕਰਾਂਗੇ। ਇਹ 23 ਅਗਸਤ 2023 ਦੀ ਹੈ, 4 ਅਗਸਤ 2023। ਹਾਂ ਬਿਲਕੁਲ, ਦੇਖੋ ਅਸੀਂ ਇਹ ਵੀ ਚੀਜ਼, ਮੈਂ ਤਾਂ ਹੀ ਜਾਂਚ ਮੰਗੀ ਹੈ, ਤਾਂ ਹੀ ਅਸੀਂ ਚਾਹੁੰਦੇ ਹਾਂ ਵੀ ਵਿਜੀਲੈਂਸ ਦੀ ਜਾਂਚ ਹੋਵੇ, ਜਿਹੜਾ ਵੀ ਇਹਦੇ ਵਿੱਚ ਜ਼ਿੰਮੇਦਾਰ ਆ ਉਹ 'ਤੇ ਕਾਰਵਾਈ ਹੋਵੇ। ਜੇ ਸੀਨੀਅਰ ਡਿਪਟੀ ਜਦੋਂ ਜਾਂਚ ਹੋਏਗੀ, ਜਿਹੜਾ ਜਿਹੜਾ ਜ਼ਿੰਮੇਵਾਰ ਹੋਏਗਾ ਸਾਰਾ ਉਹਨਾਂ 'ਤੇ ਕਾਰਵਾਈ ਹੋਵੇ। ਦੇਖੋ ਅੰਦਾਜ਼ਾ ਲਾ ਲਓ ਬਈ ਜੇ ਹੋਈ ਹੈ। ਦੇਖੋ ਪਹਿਲਾਂ ਤਾਂ ਸੀਵਰੇਜ ਇਲੀਗਲ ਕਨੈਕਸ਼ਨ ਕੀਤੇ, ਪਾਣੀ ਦੇ ਕਨੈਕਸ਼ਨ ਕੀਤੇ, ਫਿਰ ਉਹਦੀ ਪ੍ਰਵਾਨਗੀ ਨਹੀਂ ਲਈ ਤੁਸੀਂ ਰੈਜੀਡੈਂਸ਼ੀਅਲ ਕਰਨ ਵਾਸਤੇ, CLE ਨੂੰ ਨਹੀਂ ਲਿਆ। ਇਹ ਸਾਰੀਆਂ ਚੀਜ਼ਾਂ ਹੋਈਆਂ, ਉਹਦੀ ਜਾਂਚ ਹੋਵੇ। ਕੁਛ ਨਹੀਂ ਕੀਤਾ, ਤੁਸੀਂ ਮੌਕੇ 'ਤੇ ਵੀ ਵੇਖ ਕੇ ਆਏ ਹੋ, ਹਾਲੇ ਤਾਂ ਅਸੀਂ 4-5 ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੀਆਂ, ਜਦੋਂ ਇਹਦੀ ਜਾਂਚ ਹੋਏਗੀ ਅਤੇ ਹੋਰ ਵੀ ਇਹਦੀਆਂ ਬਾਰੀਕੀਆਂ 'ਚ ਜਾਂਚ ਜਿਹੜੀ ਏਜੰਸੀ ਦੀ। ਦਿਓਲ ਨਗਰ ਜਲੰਧਰ ਵੈਸਟ ਵਿੱਚ ਹੀ ਪੈਂਦੀ ਹੈ। ਦੇਖੋ ਜ਼ਾਹਿਰ ਆ ਵੀ ਜਦੋਂ ਰਜਿਸਟਰੀ ਹੋਈ ਹੋਏਗੀ ਤਾਂ ਉਸ ਤੋਂ ਪਹਿਲਾਂ ਹੀ ਸੌਦਾ ਹੋਇਆ ਹੋਏਗਾ, ਆਪਾਂ ਸਾਰੇ ਜਾਣਦੇ। ਜਦੋਂ ਤੁਸੀਂ ਵੀ ਕੋਈ ਪਲੌਟ ਖਰੀਦੋ 6 ਮਹੀਨੇ ਸਾਲ ਦਾ ਟਾਈਮ ਲਈ, ਇਹਦਾ ਮਤਲਬ ਉਸ ਵੇਲੇ ਪਾਵਰ ਤਾਂ ਸਾਰੀ ਇਹਨਾਂ ਦੇ ਕੋਲ ਸੀ, ਨਜਾਇਜ਼ ਉਹਦੀ ਵਰਤੋਂ ਕੀਤੀ, ਨਜਾਇਜ਼ ਇਸਤੇਮਾਲ ਕੀਤਾ। ਇਹ ਆਈਡੀਆ ਜਦੋਂ ਜਾਂਚ ਹੋਏਗੀ ਤਾਂ ਲੱਗ ਜਾਏਗਾ ਸਰ। ਦੇਖੋ ਸਰਕਾਰ ਕੋਲੋਂ ਹੀ ਅਸੀਂ ਮੰਗ ਕਰਦੇ ਹਾਂ, ਦੂਜਾ ਸਾਡਾ ਮਕਸਦ ਇਹ ਹੈ ਕਿ ਜਲੰਧਰ ਵੈਸਟ ਦੀ ਜਨਤਾ ਨੂੰ ਵੋਟਰਸ ਨੂੰ ਪਤਾ ਲੱਗੇ ਕਿ ਕਿਹੋ ਜਿਹਾ ਉਮੀਦਵਾਰ ਸਾਨੂੰ ਚੁਣਨਾ ਚਾਹੀਦਾ, ਉਹਦੇ ਵਿੱਚ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਅਤੇ ਤੁਸੀਂ ਵੀ ਸਾਡੀ ਸਪੋਰਟ ਕਰੋ, ਕਿਉਂਕਿ ਸਾਫ਼ ਸੁਥਰੇ ਪੋਲੀਟੀਸ਼ੀਅਨ ਤਾਂ ਹੀ ਆਉਣਗੇ ਜਿਹੜੇ ਆਪਣੇ ਪਰਿਵਾਰਾਂ ਦੀ ਸੇਵਾ ਕਰਨ ਦੀ ਬਜਾਏ ਸਮਾਜ ਦੀ ਸੇਵਾ ਕਰ ਸਕਣ। ਇੱਕ ਬੰਦਾ ਕਨੈਕਸ਼ਨ ਅਪਲਾਈ ਕਰਦਾ ਕਾਰਪੋਰੇਸ਼ਨ ਦੇ ਵਿੱਚ,
ਲੀਗਲ ਤਰੀਕੇ ਨਾਲ ਉਹਨੂੰ ਕਈ ਕਈ ਮਹੀਨੇ ਧੱਕੇ ਖਾਣੇ ਪੈਂਦੇ ਆ, ਕਈ ਕਈ ਮਹੀਨੇ ਉਹਨੂੰ ਕੋਰਪੋਰੇਸ਼ਨ ਦੇ ਆਫਿਸਰ ਨੇ ਸ਼ਰਮਾ ਜੀ ਅਲੱਗ ਇਸ਼ੂਜ਼ ਹੈਗੇ ਆ। ਅਸੀਂ ਤਾਂ ਕਹਿੰਦੇ ਅੱਜ ਹੀ ਹੋ ਜਾਵੇ, ਅੱਜ ਹੀ ਬਿਠਾਓ ਕਮੇਟੀ। ਮੈਂ ਤਾਂ ਮੰਗ ਕਰਦਾ ਸੀਐਮ ਸਾਹਿਬ ਕੋਲੋਂ ਵੀ, ਸਰਕਾਰ ਕੋਲੋਂ ਵੀ, ਕੰਸਰਨ ਮੰਤਰੀ ਜੀ ਕੋਲੋਂ ਵੀ ਕਿ ਤੁਰੰਤ ਇਹਦੀ ਕਮੇਟੀ ਬਣਾਓ, ਅੱਜ ਹੀ ਜਾਂਚ ਇਹਦੀ ਬਣਾਓ। ਐਸ ਟੀ ਉਹਨਾਂ ਨੂੰ ਪਤਾ ਲੱਗ ਜਾਵੇ ਸਾਰੇ ਉਮੀਦਵਾਰਾਂ ਬਾਰੇ ਵੀ ਉਮੀਦਵਾਰ ਕਿਹੋ ਜਿਹਾ।